ਪਹਿਲਾਂ ਤਾਂ ਮੇਰੀ ਗੱਲ ਸੁਣੋ, ਜਿਹੜੀ ਸਰਕਾਰ ਆ ਕਾਲਾ ਕਾਨੂੰਨ ਲੈ ਕੇ ਆਈ, ਬਹੁਤ ਕੜੀ ਨਿੰਦਾ 'ਚ ਇਹਦੀ ਸ਼ਬਦਾਂ 'ਚ ਅਸੀਂ ਨਿਖੇਧੀ ਕਰਦੇ ਹਾਂ। ਇਹੋ ਜਿਹਾ ਕਾਨੂੰਨ ਸਰਕਾਰ ਨੂੰ ਪਹਿਲਾਂ ਤਾਂ ਐਂ ਦੱਸੋ ਵੀ ਲਿਆਉਣੇ ਦੀ ਕਿਆ ਲੋੜ ਪੈ ਗਈ ਸੀ। ਦੂਜੀ ਗੱਲ, ਇੱਕ ਗੱਡੀ ਵਾਲਾ ਡਰਾਈਵਰ ਜਾ ਰਿਹਾ, ਵਿਚਾਰਾ ਮੂਹਰੇ ਕੁੱਤਾ ਵੀ ਆ ਜਾਵੇ, ਉਹ ਕੁੱਤੇ ਨੂੰ ਬਚਾਉਣੇ ਖਾਤਰ ਆਪਣੀ 40 ਲੱਖ ਦੀ ਗੱਡੀ ਭਰ ਲਊਗਾ, ਭੰਨ ਲਊਗਾ, ਉਹ ਬੰਦੇ ਦਾ ਨੁਕਸਾਨ ਕਿੱਥੇ ਕਰ ਦਊਗਾ? ਜਿਹਦੇ ਉਹ ਤਾਂ ਵਿਚਾਰਾ ਆਪ ਦਰਵੇਸ਼ ਹੈ, ਸਮਕੋ ਆਪ 24 ਘੰਟੇ ਗੱਡੀ ਚਲਾਉਂਦਾ, ਉਹਦੇ ਨਾਲ ਤਾਂ ਪਹਿਲਾਂ ਹੀ ਬਹੁਤ ਹੁੰਦਾ, ਲੋਕਾਂ ਦੀ 8-8 ਘੰਟੇ ਡਿਊਟੀ, ਉਹਦੀ 24 ਘੰਟੇ ਡਿਊਟੀ ਹੈ। ਵੀ ਇਹ ਸਰਕਾਰ ਨੂੰ ਸੋਚਣਾ ਤਾਂ ਚਾਹੀਦਾ ਤਾ ਵੀ ਇਹ ਕਰਨ ਕਿਆ ਲੱਗੀ। ਦੇਖੋ, ਜਿੰਨੀ ਢੋ ਢੁਆਈ ਮਾਲ ਦੀ ਟਰੱਕ ਡਰਾਈਵਰ ਕਰਦੇ ਹਿੰਦੁਸਤਾਨ 'ਚ, ਪਹਿਲਾ ਨੰਬਰ ਹੈ, ਰੇਲਵੇ ਨੂੰ ਛੱਡ ਦਿਉ, ਸਭ ਨੂੰ ਛੱਡ ਦਿਉ, ਸਾਰੇ ਹਿੰਦੁਸਤਾਨ ਦੀ ਗੱਡੀ ਖੜ ਜਾਵਾ, ਹੁਣ ਹੀ ਹਿੰਦੁਸਤਾਨ ਉੱਪਰ ਆ ਜੂਗਾ, ਇਹ ਮਤਲਬ ਬਹੁਤ ਤਕੜਾ ਹੋ ਪੈ ਜੂਗਾ ਫੈਕਟ ਹਿੰਦੁਸਤਾਨ 'ਚ। ਇਹ ਸਰਕਾਰ ਨੂੰ ਤਾਂ ਟਰਾਂਸਪੋਰਟ ਨੂੰ ਗਾਇਲ ਲੈ ਕੇ ਚੱਲਣਾ ਚਾਹੀਦਾ ਤਾ ਜੀ, ਕਿੱਥਾਂ ਉਹਨਾਂ ਨੂੰ ਬੰਦ ਲੱਗੀ ਵੀ ਇਹਦਾ ਧੰਦਾ ਪਹਿਲੀ ਫੈਲੇ, ਪਹਿਲੀ ਬਹੁਤ ਵਿਚਾਰਾ ਔਖੇ ਹੋਏ ਵੇ, ਇਹ ਕਾਨੂੰਨ ਲਿਆਉਣ ਕਾ ਹੋਰ ਬੋਝ ਪਾ ਦਿਆ, ਹੋਰ ਲੱਕ ਤੋੜਦੇ ਆ। ਮਤਲਬ ਤੁਸੀਂ ਹੁਣ ਕੀ ਮੰਗ ਕਰਦੇ ਹੋ, ਵਾਪਸ ਹੋਣਾ ਚਾਹੀਦਾ? ਨਹੀਂ, ਵਾਪਸ ਹੋਣਾ ਚਾਹੀਦਾ, ਸਮਕੋ ਹੋਰ ਸੋਧ ਕਰਨੀ ਚਾਹੀਦੀ, ਜਿਹੜੇ ਹੋਰ ਵੀ ਪਹਿਲਾਂ ਬੀਮੇ ਦਿੰਦੇ, ਇੰਸ਼ੋਰਾਂ ਦਿੰਦੇ, ਪਹਿਲਾਂ ਤਾਂ ਟੂਰ ਲਾ ਤਿਆ, ਡੀਜ਼ਲ ਕੀਤਾ, ਇੱਕ ਭਾੜੇ ਉਹੀ 20 ਸਾਲ ਪਹਿਲੇ ਹੈ, ਬੁਰਾ ਹਾਲ ਵਿਚਾਰੇ ਇਹਨਾਂ ਦਾ, ਪਹਿਲਾਂ ਹੀ ਰੁਕ ਕਿਨਾਰੇ ਪਰ ਧੰਦਾ। ਨਹੀਂ ਜੀ, ਪਹਿਲਾਂ ਤਾਂ ਮੇਰੀ ਗੱਲ ਸੁਣੋ, ਜਿਹੜੀ ਸਰਕਾਰ ਆ ਕਾਲਾ ਕਾਨੂੰਨ ਲੈ ਕੇ ਆਈ, ਬਹੁਤ ਕੜੀ ਨਿੰਦਾ 'ਚ ਇਹਦੀ ਸ਼ਬਦਾਂ 'ਚ ਅਸੀਂ ਨਿਖੇਧੀ ਕਰਦੇ ਹਾਂ। ਇਹੋ ਜਿਹਾ ਕਾਨੂੰਨ ਸਰਕਾਰ ਨੂੰ ਪਹਿਲਾਂ ਤਾਂ ਐਂ ਦੱਸੋ ਵੀ ਲਿਆਉਣੇ ਦੀ ਕਿਆ ਲੋੜ ਪੈ ਗਈ ਸੀ। ਦੂਜੀ ਗੱਲ, ਇੱਕ ਗੱਡੀ ਵਾਲਾ ਡਰਾਈਵਰ ਜਾ ਰਿਹਾ, ਵਿਚਾਰਾ ਮੂਹਰੇ ਕੁੱਤਾ ਵੀ ਆ ਜਾਵੇ, ਉਹ ਕੁੱਤੇ ਨੂੰ ਬਚਾਉਣੇ ਖਾਤਰ ਆਪਣੀ 40 ਲੱਖ ਦੀ ਗੱਡੀ ਭਰ ਲਊਗਾ, ਭੰਨ ਲਊਗਾ, ਉਹ ਬੰਦੇ ਦਾ ਨੁਕਸਾਨ ਕਿੱਥੇ ਕਰ ਦਊਗਾ? ਜਿਹਦੇ ਉਹ ਤਾਂ ਵਿਚਾਰਾ ਆਪ ਦਰਵੇਸ਼ ਹੈ, ਸਮਕੋ ਆਪ 24 ਘੰਟੇ ਗੱਡੀ ਚਲਾਉਂਦਾ, ਉਹਦੇ ਨਾਲ ਤਾਂ ਪਹਿਲਾਂ ਹੀ ਬਹੁਤ ਹੁੰਦਾ, ਲੋਕਾਂ ਦੀ 8-8 ਘੰਟੇ ਡਿਊਟੀ, ਉਹਦੀ 24 ਘੰਟੇ ਡਿਊਟੀ ਹੈ। ਵੀ ਇਹ ਸਰਕਾਰ ਨੂੰ ਸੋਚਣਾ ਤਾਂ ਚਾਹੀਦਾ ਤਾ ਵੀ ਇਹ ਕਰਨ ਕਿਆ ਲੱਗੀ। ਦੇਖੋ, ਜਿੰਨੀ ਢੋ ਢੁਆਈ ਮਾਲ ਦੀ ਟਰੱਕ ਡਰਾਈਵਰ ਕਰਦੇ ਹਿੰਦੁਸਤਾਨ 'ਚ, ਪਹਿਲਾ ਨੰਬਰ ਹੈ, ਰੇਲਵੇ ਨੂੰ ਛੱਡ ਦਿਉ, ਸਭ ਨੂੰ ਛੱਡ ਦਿਉ, ਸਾਰੇ ਹਿੰਦੁਸਤਾਨ ਦੀ ਗੱਡੀ ਖੜ ਜਾਵਾ, ਹੁਣ ਹੀ ਹਿੰਦੁਸਤਾਨ ਉੱਪਰ ਆ ਜੂਗਾ, ਇਹ ਮਤਲਬ ਬਹੁਤ ਤਕੜਾ ਹੋ ਪੈ ਜੂਗਾ ਫੈਕਟ ਹਿੰਦੁਸਤਾਨ 'ਚ। ਇਹ ਸਰਕਾਰ ਨੂੰ ਤਾਂ ਟਰਾਂਸਪੋਰਟ ਨੂੰ ਗਾਇਲ ਲੈ ਕੇ ਚੱਲਣਾ ਚਾਹੀਦਾ ਤਾ ਜੀ, ਕਿੱਥਾਂ ਉਹਨਾਂ ਨੂੰ ਬੰਦ ਲੱਗੀ ਵੀ ਇਹਦਾ ਧੰਦਾ ਪਹਿਲਾਂ ਹੀ ਫੈਲੇ, ਪਹਿਲੀ ਬਹੁਤ ਵਿਚਾਰਾ ਔਖੇ ਹੋਏ ਵੇ, ਇਹ ਕਾਨੂੰਨ ਲਿਆਉਣ ਕਾ ਹੋਰ ਬੋਝ ਪਾ ਦਿਆ, ਹੋਰ ਲੱਕ ਤੋੜਦੇ ਆ। ਮਤਲਬ ਤੁਸੀਂ ਹੁਣ ਕੀ ਮੰਗ ਕਰਦੇ ਹੋ, ਵਾਪਸ ਹੋਣਾ ਚਾਹੀਦਾ? ਨਹੀਂ, ਵਾਪਸ ਹੋਣਾ ਚਾਹੀਦਾ, ਸਮਕੋ ਹੋਰ ਸੋਧ ਕਰਨੀ ਚਾਹੀਦੀ, ਜਿਹੜੇ ਹੋਰ ਵੀ ਪਹਿਲਾਂ ਬੀਮੇ ਦਿੰਦੇ, ਇੰਸ਼ੋਰਾਂ ਦਿੰਦੇ, ਪਹਿਲਾਂ ਤਾਂ ਟੂਰ ਲਾ ਤਿਆ, ਡੀਜ਼ਲ ਕੀਤਾ, ਇੱਕ ਭਾੜੇ ਉਹੀ 20 ਸਾਲ ਪਹਿਲੇ ਹੈ, ਬੁਰਾ ਹਾਲ ਵਿਚਾਰੇ ਇਹਨਾਂ ਦਾ, ਪਹਿਲਾਂ ਹੀ ਕਿਨਾਰੇ ਪਰ ਧੰਦਾ।